ਕਰਦੇ ਤੇ ਹਲਕਾ ਜੀ ਉਹ ਮੈਂ ਖੁਦ ਬਾਕੀ ਸਾਡੀਆਂ CIA ਐਂਡ ਐਂਟੀ ਗੈਂਗਸਟਰ ਸਟਾਫ ਦੀਆਂ ਟੀਮਸ ਇੱਕਦਮ ਐਕਟਿਵ ਹੋ ਗਈਆਂ FIR ਨੰਬਰ 133 ਡੇਟਡ 12 June 2022 ਅੰਡਰ ਸੈਕਸ਼ਨ 302 379B2 5549 ਆਰਮਸ ਐਕਟ ਥਾਣਾ ਚਾਟਾ ਅੰਮ੍ਰਿਤਸਰ ਰਜਿਸਟਰ ਕੀਤੀ ਗਈ ਇਸ ਕੌਨਸਪਰੇਸੀ ਦੇ ਵੀ ਸੈਕਸ਼ਨ ਲੱਗੇ ਹੈਗੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਕਾਫੀ ਸਾਰੇ ਲੀਡਸ ਮਿਲੇ ਅਲੱਗ ਅਲੱਗ ਜਿਨ੍ਹਾਂ 'ਤੇ ਅਸੀਂ ਵਰਕ ਕੀਤਾ ਅਤੇ ਅਲਟੀਮੇਟਲੀ ਅਸੀਂ ਸਕਸੈਸਫੁਲ ਹੋਏ ਇਸ ਮਰਡਰ ਨੂੰ ਟਰੇਸ ਕਰਨ ਦੇ ਵਿੱਚ ਇਹ ਕਲੀਅਰ ਹੋਇਆ ਕਿ ਇਹ ਜਿਹੜਾ ਮਰਡਰ ਹੈ ਉਹਨਾਂ ਦੀ ਵਾਈਫ ਸਤਨਾਮ ਕੌਰ ਨੇ ਹੀ ਕਰਵਾਇਆ ਹੈ ਜਿਹੜੇ ਡਿਸੀਜ਼ ਸੀਗੇ ਇਹ ਦੁਬਈ ਰਹਿੰਦੇ ਸੀ ਅਤੇ ਉੱਥੋਂ ਕੁਛ ਦਿਨ ਪਹਿਲਾਂ ਹੀ ਵਾਪਸ ਆਏ ਸੀ ਅਤੇ ਉਹਨਾਂ ਦੀ ਵਾਈਫ ਦੇ ਇਲੀਸਿਟ ਰਿਲੇਸ਼ਨਸ਼ਿਪ ਹੋ ਗਏ ਸੀਗੇ ਵਨ ਆਫ ਦਾ ਐਕਿਊਜ਼ਡ ਅਰਸ਼ਦੀਪ ਸਨ ਆਫ ਗੋਪਾਲ ਸਿੰਘ ਰੈਜ਼ੀਡੈਂਟ ਆਫ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਦੇ ਲਾਗੇ ਪਿੰਡ ਕਨਪੁਰ ਕਾਲੇ ਉਹਨਾਂ ਦੇ ਨਾਲ ਇਹਦੇ ਰਿਲੇਸ਼ਨ ਸੀਗੇ ਅਤੇ ਇਹਦੇ ਹਸਬੈਂਡ ਨੂੰ ਲੇਡੀ ਦੇ ਜਿਨ੍ਹਾਂ ਦੀ ਡੈਥ ਹੋ ਗਈ ਉਹਨੂੰ ਪਤਾ ਲੱਗ ਗਿਆ ਉਹਨੇ ਕਾਫੀ ਇੰਨਾ ਝਗੜਾ ਕਰਿਆ ਸੀਗਾ ਅਤੇ ਜਿਸ ਤੋਂ ਤੰਗ ਆ ਕੇ ਇਹਨੇ ਆਪਣੇ ਪੈਰਾਮੋਰ ਅਰਸ਼ਦੀਪ ਨੂੰ ਕਿਹਾ ਕਿ ਵੀ ਕੋਈ ਕੰਟਰੈਕਟ ਕਿਲਰ ਲੱਭੋ ਅਤੇ ਉਹਨੇ ਵਰਿੰਦਰ ਸਿੰਘ ਸਨ ਆਫ ਜਤਿੰਦਰ ਸਿੰਘ ਪਿੰਡ ਗੋਇੰਦਵਾਲ ਸਾਹਿਬ ਹਾਲ ਨਜ਼ਦੀਕ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਪਿੰਡ ਕਨਪੁਰ ਕਾਲੇ ਇਹਨੂੰ ਕੰਟੈਕਟ ਕੀਤਾ ਅਤੇ 270,000 ਦੇ ਵਿੱਚ ਆਪਣੇ ਹਸਬੈਂਡ ਨੂੰ ਮਾਰਨ ਦੀ ਉਹਨੇ ਡੀਲ ਕਰ ਲਈ ਜਿਹੜਾ ਅਰਸ਼ਦੀਪ ਹੈ ਇਹਨੇ ਆਪਣੇ ਰਿਲੇਟਿਵ ਦਾ ਲਾਇਸੈਂਸਡ ਪਿਸਟਲ ਚੋਰੀ ਕੀਤਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਅਤੇ ਉਹ ਲਿਆ ਕੇ ਇਹਨੂੰ ਵਰਿੰਦਰ ਨੂੰ ਦਿੱਤਾ ਅਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਕ੍ਰਾਈਮ ਉਹ ਵੀ ਅਰਸ਼ਦੀਪ ਦਾ ਸੀਗਾ ਬਲੈਕ ਕਲਰ ਦਾ ਸਪਲੈਂਡਰ ਇਹ ਸਾਰੇ ਚੀਜ਼ਾਂ ਅਸੀਂ ਸਾਰੇ ਅਕਿਊਜ਼ ਨੂੰ ਅਰੈਸਟ ਕਰ ਲਿਆ ਹੈ ਅਰਸ਼ਦੀਪ ਸਿੰਘ ਵਰਿੰਦਰ ਸਿੰਘ ਅਤੇ ਸਤਨਾਮ ਕੌਰ ਮਰਡਰ ਦੇ ਵਿੱਚ ਯੂਜ਼ ਹੋਇਆ ਵੈਪਨ .32 ਬੋਰ ਪਿਸਟਲ ਉਹ ਵੀ ਰਿਕਵਰ ਹੋ ਗਿਆ ਹੈ ਅਤੇ ਸਪਲੈਂਡਰ ਵੀ ਰਿਕਵਰ ਜਿਹੜਾ ਮੋਟਰਸਾਈਕਲ ਸੀਗਾ ਕ੍ਰਾਈਮ 'ਚ ਯੂਜ਼ ਹੋਇਆ ਉਹ ਵੀ ਰਿਕਵਰ ਹੋ ਗਿਆ ਅਤੇ ਮੌਕੇ ਤੋਂ ਐਮਟੀ ਕੇਸਿਸ ਵੀ ਰਿਕਵਰ ਹੋਏ ਇਨਵੈਸਟੀਗੇਸ਼ਨ ਦੌਰਾਨ ਹੋਰ ਐਵੀਡੈਂਸ ਇਕੱਠੇ ਕਰੇ ਜਾ ਰਹੇ ਹੈ ਅਤੇ ਇਸ ਕੇਸ ਨੂੰ ਟਰੇਸ ਕਰਨ ਦੇ ਵਿੱਚ ਸਾਰੀ ਟੀਮ ਨੇ ਬੜਾ ਅਹਿਮ ਰੋਲ ਨਿਭਾਇਆ ਹੈ ਉੱਥੇ ਦੇ ਜਿਹੜੇ ਲੋਕਲ ਪਬਲਿਕ ਹੈ ਜਿਹੜੇ ਰੈਜ਼ੀਡੈਂਟਸ ਹੈ ਉਹਨਾਂ ਨੇ ਵੀ ਬੜੀ ਹੈਲਪ ਕਰੀ ਈਵਨ ਮੀਡੀਆ ਪਰਸਨਸ ਸਾਡੇ ਵਿੱਚ ਹੀ ਹਨ ਜਿਹੜੇ ਅੱਜ ਇੰਟਰਵਿਊ ਲੈ ਰਹੇ ਉਹਨਾਂ ਨੇ ਵੀ ਸਾਨੂੰ ਵਿੱਚ ਵਿੱਚ ਕਲਿਊਜ਼ ਦੱਸੇ ਕਿ ਸਰ ਆਹ ਵੀ ਚੈੱਕ ਕਰ ਲਓ ਇੱਥੇ ਵੀ ਦੇਖ ਲਓ ਸੋ ਵੀ ਆਰ ਥੈਂਕਫੁਲ ਟੂ ਆਲ ਆਫ ਯੂ ਜੈ ਹਿੰਦ ਸਰ ਵਰਿੰਦਰ ਜਿਹੜਾ ਕੰਟਰੈਕਟ ਕਿਲਰ ਹੈ ਕੁਛ ਹੋਰ ਵੀ ਸਾਹਮਣੇ ਆਇਆ ਜੀ ਪਹਿਲੇ ਵੀ ਇਹਨੇ ਸਵਾਗਤ ਕੀਤੀ ਮੈਂ ਦੱਸਿਆ ਵੀ ਹਲੇ ਤਾਜ਼ਾ ਹੀ ਅੱਜ ਸਵੇਰੇ ਇੰਸੀਡੈਂਟ ਹੋਇਆ ਹੈ ਅਸੀਂ ਅਰੈਸਟ ਕਰ ਲਿਆ ਹਲੇ ਇਨਵੈਸਟੀਗੇਸ਼ਨ ਜਾ ਰਹੀ ਹੈ ਵੈਸੇ ਇਹ ਗੱਤਕਾ ਵਗੈਰਾ ਖੇਡਦਾ ਹੈ ਅਤੇ ਸਾਡਾ ਪਿੰਡ 'ਚ ਕੰਮ ਕਰਦਾ ਅਤੇ ਸਰ ਇਹ ਜਿਹੜਾ ਅਰਸ਼ਦੀਪ ਹੈ ਸਰ ਇਹ ਕੀ ਕੰਮ ਕਰਦਾ ਜੀ ਇਹ ਵੈਸੇ ਹੀ ਲੋਕਲ ਹੀ ਲੜਕਾ ਹੈਗਾ ਹਲੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੀ ਏਜ ਕਿੰਨੀ ਦੀ ਅਰਸ਼ਦੀਪ ਦੀ ਇਹਦੀ ਅਰਾਊਂਡ 20 ਦੇ ਕਰੀਬ ਜਿੰਨੀ ਕੀ ਸਤਨਾਮ ਕੌਰ ਦੀ ਕਿੰਨੀ ਇਹਦੀ ਅਰਾਊਂਡ 29 ਦੇ ਕਰੀਬ 28-29 ਸਰ ਜਦੋਂ ਸਵੇਰੇ ਦਰਬਾਰ ਸਾਹਿਬ ਗਏ ਤਾਂ ਵਾਈਫ ਨਾਲ ਹੀ ਸੀ ਹਾਂ ਐਕਚੁਅਲੀ ਇਹ ਉਹਦੀ ਪਹਿਲਾਂ ਹੀ ਪਲੈਨਡ ਕੌਨਸਪੀਰੇਸੀ ਸੀ ਉਹਨੂੰ ਉਹਨਾਂ ਨੇ ਐਂਬੂਸ਼ ਕਰਕੇ ਮਾਰਨਾ ਹੀ ਸੀ ਜਦੋਂ ਇਹ ਘਰੋਂ ਨਿਕਲੇ ਹੈ ਉਦੋਂ ਤੋਂ ਹੀ ਇਹਨਾਂ 'ਤੇ ਵਾਚ ਰੱਖੀ ਜਾ ਰਹੀ ਸੀ ਅਤੇ ਕਮਿਊਨੀਕੇਸ਼ਨ ਸੀਗਾ ਅਤੇ ਉਹਨੂੰ ਮਾਰ ਦਿੱਤਾ ਆਪਣੇ ਦੁਬਈ ਨਾਲ ਕਿੰਨੀ ਦੇਰ ਹੋ ਗਈ ਸਰ ਹਾਰਡਲੀ ਮੈਂ ਖਿਆਲ ਕਰਾਂ ਸਰ ਹੈ ਨਾ 13 ਡੇਜ਼ ਦੇ ਕਰੀਬ ਸਰ ਕਿੰਨੇ ਸੀਸੀ ਕੈਮਰੇ ਫੁਟੇਜ ਤੁਸੀਂ ਖੰਗਾ ਲਿਆ ਅੱਜ ਇਹ ਦੇਖੋ ਆਪਰੇਸ਼ਨਲ ਡਿਟੇਲਸ ਮੈਂ ਹਮੇਸ਼ਾ ਹੀ ਇਹ ਕਹਿੰਦਾ ਹੈ ਕਿ ਖੁਦ ਵੀ ਜਿਹੜੇ ਸੀ ਉਹ 2.5-3 ਘੰਟੇ ਤੋਂ ਲੱਗੇ ਹਾਂ ਮੈਂ ਉੱਥੇ ਕਾਫੀ ਦੇਰ ਆਪਣੀ ਟੀਮ ਦੇ ਨਾਲ ਸੀਗਾ ਇਹਨਾਂ ਦੇ ਜੋ ਵੀ ਡਿਟੈਕਟਿਵ ਆਪਰੇਸ਼ਨਸ ਚੱਲ ਰਹੇ ਸੀ ਉਹਨਾਂ ਨੂੰ ਗਾਈਡ ਵੀ ਕਰ ਰਿਹਾ ਸੀ ਅਤੇ ਇਹਨਾਂ ਨੂੰ ਇੰਸਪਾਇਰ ਵੀ ਕਰ ਰਿਹਾ ਸੀ ਅਤੇ ਜਿਹਦਾ ਸਿਰ ਪਿਸਤੌਲ ਚੋਰੀ ਕੀਤਾ ਗਿਆ ਉਹਦੇ 'ਤੇ ਵੀ ਕਾਰਵਾਈ ਅਸੀਂ ਹਲੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਉਹਨਾਂ ਦੀ ਨੌਲੇਜ ਨਾ ਹੋਇਆ ਫਿਰ ਹੋਏਗੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਚੋਰੀ ਹੋਇਆ ਤਾਂ ਫਿਰ ਉਹਨਾਂ ਦਾ ਕਸੂਰ ਹੋਏਗਾ ਪੈਸੇ ਕੁਛ ਦਿੱਤੇ ਵੀ ਗਏ ਸੀਗੇ ਸਰ ਕਿ ਦੇਣੇ ਸੀਗੇ 3,000 ਹਲੇ ਦਿੱਤੇ ਸੀਗੇ ਬਾਕੀ ਹਾਂਜੀ